ਸਹਿਗ ਦੇਸੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗਲਗਲ ਦਾ ਅਚਾਰ ਬਣਾਵਾਂਗੇ। ਗਲਗਲ ਦਾ ਅਚਾਰ ਖੱਟਾ ਵੀ ਬਣਦਾ ਤੇ ਮਿੱਠਾ ਵੀ। ਅੱਜ ਅਸੀਂ ਜਿਹੜਾ ਅਚਾਰ ਬਣਾਉਣ ਲੱਗੇ ਹਾਂ ਉਹ ਮਿੱਠਾ ਅਚਾਰ ਹੈ। ਮਿੱਠੇ ਅਚਾਰ ਦੇ ਲਈ ਅਸੀਂ ਅੱਧਾ ਕਿਲੋ ਗਲਗਲ ਲਈਏ, ਇਹਦੇ ਨਾਲ 150 ਗ੍ਰਾਮ ਅਦਰਕ, 400 ਗ੍ਰਾਮ ਗੂੜੇ, ਅਤੇ ਇਹ ਅਸੀਂ ਵੱਡਾ ਚਮਚ ਕਾਲਾ ਨਮਕ ਲਿਆ ਹੈ, ਅਤੇ ਇਹ ਦੂਜਾ ਚਿੱਟਾ ਨਮਕ ਹੈ ਜੀ। 2 ਚਮਚ, ਅੱਧਾ ਚਮਚ ਹਲਦੀ ਹੈ, 2 ਚਮਚ ਮੇਥੇ ਨੇ, ਅਤੇ 2 ਚਮਚ ਹੀ ਸੌਂਫ ਹੈ। ਇਹ 1 ਚਮਚ ਜਿਹੜਾ ਕਲੌਂਜੀ, ਅਤੇ ਇਹ ਆਪਣਾ ਹੈਗਾ ਜੀ ਕਾਲੀ ਮਿਰਚ ਜਿਹੜੀ ਹੈ ਉਹ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਪਾ ਸਕਦੇ ਹੋ। ਇਹ ਜੀਰਾ ਜੀ ਵੱਡਾ ਚਮਚ 1, ਅਤੇ ਇਹ ਆਪਣਾ ਹੈਗੀ ਜਵੈਣ। ਅਤੇ ਅਸੀਂ ਇੱਥੇ ਕੜਾਹੀ 'ਚ ਤੇਲ ਗਰਮ ਰੱਖਤਾ, ਅਤੇ ਇਸ ਨੂੰ ਅਸੀਂ ਤੇਲ ਇੱਕ ਵਾਰੀ ਅਸੀਂ ਗਰਮ ਕਰ ਚੁੱਕੇ ਹੋਏ ਹਾਂ, ਅਤੇ ਸਰ੍ਹੋਂ ਦੇ ਤੇਲ ਦੇ ਵਿੱਚ ਹੀ ਅਚਾਰ ਤਾਂ ਬਣਦਾ। ਅਚਾਰ ਅਤੇ ਸਰ੍ਹੋਂ ਦਾ ਤੇਲ ਸਾਡਾ ਜਿਹੜਾ ਹੈ ਬਸ ਉਹ ਰੇਡੀ ਹੈ। ਇਹਦੇ ਵਿੱਚ ਅਸੀਂ ਹੁਣ ਜਿਹੜੇ ਮਸਾਲੇ ਪਾਵਾਂਗੇ, ਮੇਥੇ ਪਾ ਦਾਂਗੇ, ਤੁਸੀਂ ਚਾਹੋ ਤੇ ਜਿਹੜੇ ਮਸਾਲੇ ਨੇ ਆਪਾਂ ਪੀਸ ਕੇ ਵੀ ਪਾ ਸਕਦੇ ਹਾਂ, ਪਰ ਅਚਾਰ ਵਿੱਚ ਜਿਹੜੇ ਨੇ ਸਾਫ ਮਸਾਲੇ ਬਹੁਤ ਅੱਛੇ ਲੱਗਦੇ ਨੇ। ਮੇਥੇ ਲਾਲ ਹੋ ਚੁੱਕੇ ਨੇ, ਸੌਂਫ ਪਾ ਦਾਂਗੇ। ਕਲੌਂਜੀ ਪਾ ਦਾਂਗੇ, ਹਲਦੀ ਪਾ ਲਾਂਗੇ, ਹਲਦੀ ਦਾ ਰੰਗ ਹੋ ਜਾਏਗਾ। ਇਹਦੇ ਵਿੱਚ ਹੁਣ ਅਸੀਂ ਗਲਗਲ ਪਾ ਲਾਂਗੇ। Thank you.
ਜੀਰਾ ਪਾ ਲਾਂਗੇ ਜੀ, ਜਵੈਣ, ਕਾਲੀ ਮਿਰਚ, ਕਾਲਾ ਨਮਕ, ਇਹ ਵਾਈਟ ਨਮਕ ਹੋ ਗਿਆ ਜੀ, ਜਿੰਨੀਆਂ ਵੀ ਖੱਟੀਆਂ ਚੀਜ਼ਾਂ ਨੇ ਉਹਨਾਂ ਵਿੱਚ ਜਿਹੜਾ ਨਮਕ ਹੈ ਉਹ ਆਮ ਸਬਜ਼ੀਆਂ ਨਾਲੋਂ ਜ਼ਿਆਦਾ ਪੈਂਦਾ। ਸਬਜ਼ੀ ਦਾ ਅਚਾਰ ਪਾਓ ਤਾਂ ਉਹ ਸਬਜ਼ੀ ਦੇ ਹਿਸਾਬ ਨਾਲ ਆਪਾਂ ਖਾਂਦੇ ਹਾਂ, ਪਰ ਜਿਹੜੇ ਖੱਟੇ ਹੁੰਦੇ ਨੇ ਨਿੰਬੂ ਹੋਇਆ, ਅੰਬ ਹੋਇਆ, ਕਲਕਲ ਹੋਈ, ਇਹਦੇ ਵਿੱਚ ਜਿਹੜਾ ਨਮਕ ਹੈ ਥੋੜ੍ਹਾ ਜਿਹਾ ਤੇਜ਼ ਪੈਂਦਾ। ਇਸ ਨੂੰ ਬਿਲਕੁਲ ਆਰਾਮ ਨਾਲ ਲਾਵਾਂਗੇ ਤਾਂ ਕਿ ਮਸਾਲੇ ਦੇ ਵਿੱਚ ਮਿਕਸ ਹੋ ਜਾ। ਥੋੜ੍ਹੀ ਥੋੜ੍ਹੀ ਦੇਰ ਬਾਅਦ ਇਸਨੂੰ ਹਿਲਾਉਂਦੇ ਜ਼ਰੂਰ ਰਹਿਣਾ ਤਾਂ ਕਿ ਜਿਹੜੀ ਗਲਗਲ ਹੈ ਉਹ ਨੀਚੇ ਨਾ ਲੱਗੇ, ਪਰ ਹਿਲਾਉਣੀ ਜਿਹੜੀ ਉਹ ਬਿਲਕੁਲ ਆਰਾਮ ਨਾਲ ਹੈ। ਇਹਦੇ ਵਿੱਚ ਅਦਰਕ ਵੀ ਪਾ ਦਾਂਗੇ। ਅਦਰਕ ਜਿਹੜੀ ਹੈ ਉਹ ਗਲਗਲ ਦੇ ਨਾਲ ਖੱਟੀ ਹੋ ਜਾਏਗੀ ਅਤੇ ਗੁੜ ਪਾਵਾਂਗੇ ਤਾਂ ਮਿੱਠੀ ਖੱਟ ਮਿੱਠੀ ਬਣੇਗੀ। ਇਹਦੇ ਵਿੱਚ ਜਿਹੜਾ ਅਦਰਕ ਹੈ ਉਹ ਵੀ ਬਹੁਤ ਟੇਸਟੀ ਬਣੇਗਾ। ਪੂਰੀ ਦੇ ਵਿੱਚ ਅਸੀਂ ਗੁੜ ਪਾਵਾਂਗੇ। ਗੁੜ ਜਿਹੜਾ ਉਹ ਬਾਅਦ 'ਚ ਪਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਮਿੱਠਾ ਹੈ ਉਹ ਛਿਲਕੇ ਨੂੰ ਗਲਣ ਨਹੀਂ ਦਿੰਦਾ। ਅਚਾਰ ਸਾਡਾ ਗਲਗਲ ਦਾ ਤਿਆਰ ਹੋ ਗਿਆ।
ਪਰ ਅਜੇ ਇਸ ਨੂੰ ਅਸੀਂ ਠੰਡਾ ਹੋਏਗਾ, ਕੱਚ ਦੇ ਬਰਤਨ 'ਚ ਪਾਵਾਂਗੇ ਅਤੇ ਫਿਰ 4-5 ਦਿਨ ਇਸੇ ਤਰ੍ਹਾਂ ਧੁੱਪੇ ਰੱਖਾਂਗੇ ਅਤੇ ਉਸ ਤੋਂ ਬਾਅਦ ਇਹ ਜਿਹੜੀ ਬਿਲਕੁਲ ਰੇਡੀ ਹੋ ਜਾਏਗਾ। ਅਤੇ ਤੁਸੀਂ ਵੀ ਇਸ ਤਰ੍ਹਾਂ ਹੀ ਆਪਣਾ ਅਚਾਰ ਜਿਹੜਾ ਹੈ ਗਲਗਲ ਦਾ ਮਿੱਠਾ ਜ਼ਰੂਰ ਬਣਾਓ, ਬੜਾ ਟੇਸਟੀ ਅਚਾਰ ਹੁੰਦਾ ਹੈ। ਅਤੇ ਨਾਲ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਅਗਲੀ ਰੈਸਪੀ ਲੈ ਕੇ ਫਿਰ ਅਸੀਂ ਹਾਜ਼ਰ ਹੋਵਾਂਗੇ।